23 मार्च ਨੂੰ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਦੋ ਸਾਥੀ ਸੁਖਦੇਵ ਤੇ ਰਾਜਗੁਰੂ ਇਹਨਾਂ ਦਾ ਸ਼ਹੀਦੀ ਦਿਵਸ ਹੈ। 1931 ਨੂੰ ਇਹਨਾਂ ਤਿੰਨਾਂ ਨੂੰ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਫਿਰ ਇਹਨਾਂ ਦੇ ਸਰੀਰ ਜਿਹੜੇ ਆ ਉਹ ਸਤਲੁਜ ਦੇ ਕੰਢੇ ਹੁਸੈਨੀਵਾਲਾ ਦੇ ਵਿੱਚ ਉੱਥੇ ਉਹਨਾਂ ਨੂੰ ਕ੍ਰਿਮੇਟ ਕੀਤਾ ਗਿਆ ਸੀਗਾ, ਸੋ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ। ਉੱਥੇ ਇੱਕ ਮੈਮੋਰੀਅਲ ਬਣਿਆ ਵਾ ਔਰ 23 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਉੱਥੇ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਨ ਵਾਸਤੇ ਆ ਰਹੇ ਆ। ਉਸੇ ਦਿਨ ਜਿਹੜੇ ਸੋਸ਼ਲ ਐਕਟੀਵਿਸਟ ਆ ਅੰਨਾ ਹਜ਼ਾਰੇ ਉਹ ਖਟਕੜ ਕਲਾਂ ਵੀ ਆ ਰਹੇ ਆ। ਖਟਕੜ ਕਲਾਂ ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਹੈ। ਹੋਰ ਵੀ ਬਹੁਤ ਸਾਰੇ ਲੋਕ ਆਉਣਗੇ ਇਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ। ਇਹ ਸਾਰੇ ਜਿਹੜੇ ਸਿਆਸੀ ਲੀਡਰ ਆ ਉਦਣ ਤਾਂ ਸ਼ਰਧਾਂਜਲੀ ਜ਼ਰੂਰ ਦਿੰਦੇ ਆ ਪਰ ਬਾਅਦ 'ਚ ਇਹਨਾਂ ਦੀ ਕੁਰਬਾਨੀ ਨੂੰ ਸਾਰੇ ਭੁੱਲ ਜਾਂਦੇ ਆ। ਪਰ ਕਿਉਂਕਿ ਪ੍ਰਧਾਨ ਮੰਤਰੀ ਆਪ ਹੁਸੈਨੀਵਾਲਾ 23 ਮਾਰਚ ਨੂੰ ਆ ਰਹੇ ਆ, ਉੱਥੇ ਜਿਹੜਾ ਮੈਮੋਰੀਅਲ ਬਣਿਆ ਵਾ ਉਹਦੀ ਮੈਮੋਰੀਅਲ ਦੀ ਜਿਹੜੀ ਦੇਖ ਰੇਖ ਆ ਉਹਦੇ 'ਚ ਬਿਹਤਰੀ ਲਿਆਉਣ ਦੀ ਲੋੜ ਆ। 1971 ਦੀ ਲੜਾਈ ਦੇ ਵਿੱਚ ਜਿਹੜੇ ਇਹਨਾਂ ਤਿੰਨਾਂ ਦੇ ਉੱਥੇ ਬੁੱਤ ਬਣੇ ਸੀ ਸਟੈਚੂਜ਼, ਉਹਨਾਂ ਨੂੰ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ, ਉਹਦੀ ਤਬਾਹੀ ਹੋ ਗਈ ਔਰ ਵੈਸੇ ਵੀ ਮੈਮੋਰੀਅਲ ਨੂੰ ਕਾਫੀ ਨੁਕਸਾਨ ਪਹੁੰਚਿਆ ਕਿਉਂਕਿ ਪ੍ਰਧਾਨ ਮੰਤਰੀ ਉੱਥੇ ਆ ਰਹੇ ਆ। ਮੇਰੇ ਖਿਆਲ ਇਹਨਾਂ ਦਾ ਜਿਹੜਾ ਮੈਮੋਰੀਅਲ ਇਹੋ ਜਿਹਾ ਹੋਣਾ ਚਾਹੀਦਾ ਕਿ ਇੱਕ ਨੈਸ਼ਨਲ ਮੈਮੋਰੀਅਲ ਲੱਗੇ ਵੀ ਵਾਕਈ ਇਹਨਾਂ ਤਿੰਨਾਂ ਦੀ ਬਹੁਤ ਵੱਡੀ ਕੁਰਬਾਨੀ ਆ। ਅੱਜ ਕੱਲ੍ਹ ਇਹਨਾਂ ਦੀ ਅਸੀਂ ਜਿਹੜੀ ਸੋਚ ਹੈ ਤਿੰਨਾਂ ਦੀ ਉਹਦੇ 'ਤੇ ਖੜੇ ਨਹੀਂ ਉਤਰ ਰਹੇ, ਪਰ ਇਹਨਾਂ 'ਤੇ ਆਪਾਂ ਕਰ ਹੀ ਸਕਦੇ ਹਾਂ ਨਾ ਵੀ ਇਹਨਾਂ ਨੂੰ ਇੱਕ ਇਹੋ ਜਿਹਾ ਮੈਮੋਰੀਅਲ ਬਣਾਈਏ ਜਿਹਦੇ ਨਾਲ ਅਗਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਵੀ ਇਹ ਸਾਡੇ ਸ਼ਹੀਦ ਆ।